ਪਿਆਰ ਦਿੰਦੇ ਆ ਸਤਿਗੁਰੂ ਜੀ ਦੀਆਂ ਸੰਗਤਾਂ ਦੇ ਵਿੱਚ ਕੁਝ ਲੋਕਾਂ ਵੱਲੋਂ ਇਹ ਗੱਲ ਕਹੀ ਗਈ ਕਿ ਜੇ ਅਵਤਾਰ ਸਿੰਘ ਬ੍ਰਹਮਾ ਸਪੀਕਰ ਤੋਂ ਇਹ ਗੱਲ ਨਾ ਕਹਿੰਦਾ ਸ਼ਾਇਦ ਇਹ ਨੁਕਸਾਨ ਨਾ ਹੁੰਦਾ ਪਰ ਇਹ ਉਹਨਾਂ ਦੇ ਆਪੋ ਆਪਣੇ ਵਿਚਾਰ ਸੀ ਜਦੋਂ ਇਸ ਗੱਲ ਦਾ ਪਤਾ ਅਵਤਾਰ ਸਿੰਘ ਬ੍ਰਹਮੇ ਨੂੰ ਲੱਗਾ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਵੀ ਗੋਲੀਆਂ ਜ਼ਾਲਮ ਲੋਕਾਂ ਨੇ ਚਲਾਈਆਂ ਨੇ ਤੇ ਕੁਝ ਕੁ ਸੰਗਤਾਂ ਨੇ ਮੇਰਾ ਨਾਮ ਲਿਆ ਮੈਂ ਤੇ ਉੱਥੇ ਭਲੇ ਵਾਸਤੇ ਪਹੁੰਚਿਆ ਸੀ ਵੰਗਾਰ ਕੇ ਆਇਆ ਸੀ ਇਸ ਗੁੱਸੇ ਦੇ ਵਿੱਚ ਆ ਕੇ ਅਵਤਾਰ ਸਿੰਘ ਬ੍ਰਹਮੇ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਉਹ ਟਾਸਰਾ ਲੈ ਕੇ ਜੋ ਉੱਥੇ ਜ਼ੁਲਮ ਕਮਾਉਣ ਵਾਲੇ ਜ਼ਾਲਮ ਲੋਕ ਸੀ ਜਿਹੜੇ ਸੀਆਰਪੀ ਵਾਲੇ ਦੋਸ਼ੀ ਸਨ ਤੇ ਜਿਹੜੇ ਪੰਜਾਬ ਪੁਲਿਸ ਵਾਲੇ ਉੱਥੋਂ ਦੇ ਦੋਸ਼ੀ ਸਨ ਉਹਨਾਂ ਨੂੰ ਮੁੱਖ ਰੱਖ ਕੇ ਉਹਨਾਂ ਨੂੰ ਖਤਮ ਕਰਨ ਦਾ ਨਿਸ਼ਾਨਾ ਦਿਲ ਦੇ ਵਿੱਚ ਧਾਰ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਿਆਰੇ ਨੇ ਜੋ ਕੰਮ ਗੁਰਦੇਵ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਸਰੇ ਕੀਤੇ ਉਸ ਵੇਲੇ ਦਾ ਵਾਤਾਵਰਨ ਤਖ਼ਤ ਖਾਲਸਾ ਬ੍ਰਹਮਾ ਦਾ ਜਿਵੇਂ ਧੁੰਮਾ ਪਾ ਰਿਹਾ ਸੀਆਰਪੀ ਵਾਲਿਆਂ ਨੂੰ ਗੱਡੀ ਚੜਾ ਕੇ ਅਤੇ ਹੈਲੀਕਾਪਟਰ ਚਾਰੇ ਹੋਇਆਂ ਨੂੰ ਲਾ ਕੇ ਜੇਸ ਨੂੰ ਖੰਡ ਵਾਸਤੇ ਜਾਣੂ ਸਰਕਾਰ ਨੇ ਬੜੇ ਉਪਰਾਲੇ ਕੀਤੇ ਨੇ ਪਰ ਕਲਗੀਧਰ ਪਾਤਸ਼ਾਹ ਨੇ ਮਿਹਰ ਕਰਕੇ ਉਸ ਦੀ ਰੱਖਿਆ ਕੀਤੀ ਹੈ ਸੁਣੀਏ ਪਿਆਰ ਦੇ ਨਾਲ ਤਖ਼ਤ ਖਾਲਸਾ ਬ੍ਰਹਮ ਦਾ ਧੁੰਮਾ ਪਾਈ ਜਾਂਦਾ ਹੈ ਇਸ ਤਰ੍ਹਾਂ ਬੇਨਤੀ ਕੀਤੀ ਜਾ ਰਹੀ ਹੈ
ਅੱਗ ਤਾਂ ਚਲੀ ਜੁੜੇ ਜੋ ਪੈਣ ਗਈ ਜੀਵਾਂ।